ਵੀਰੋ ਆ ਬਾਹਰਲੇ ਮੁਲਖ ਦਾ ਮਾਸਟਰਵਾ ਤੇ ਇਹ ਕਾਨੂੰਨ ਦੀ ਪੜ੍ਹਾਈ ਪੜਾਉਂਦਾ ਇਨ੍ਹਾਂ ਨਿਆਣਿਆਂ ਨੂੰ ਇਹਨੇ ਆਪਦੇ ਹਿਸਾਬ ਨਾਲ ਟੈਸਟ ਲਿਆ ਜਵਾਕਾਂ ਦਾ ਆਹ ਕੁੜੀ ਨੂੰ ਇਹਨੇ ਠਾ ਕੇ ਪੁੱਛਿਆ ਵੀ ਤੇਰਾ ਨਾਂ ਕੀ ਆ ਦੱਸ ਮੈਨੂੰ ਇਹਨੇ ਆਪਦਾ ਨਾਂ ਦੱਸਿਆ ਲੈਕਸੀ ਬਾਅਦ ਚ ਇਹਨੇ ਉਹਨੂੰ ਕਿਹਾ ਵੀ ਤੂੰ ਜਿਹੜੀ ਆ ਮੇਰੀ ਕਲਾਸ ਦੇ ਵਿੱਚੋਂ ਨਿਕਲ ਜਾ ਤੇ ਇੱਥੇ ਕਦੀ ਨਹੀਂ ਵਾਪਸ ਆਉਣਾ ਉਹ ਡੌਲਪੁਰੀ ਜੀ ਹੋ ਗਈ ਕੁੜੀ ਉਹ ਹੰਦੀ ਮੈਨੂੰ ਸਮਝ ਨਹੀਂ ਲੱਗੀ ਜਾਂਦਾ ਤੈਨੂੰ ਮੈਂ ਦੂਜੀ ਵਾਰੀ ਕਿਹਾ ਨਹੀਂ ਆਉਣਾ ਇੱਥੇ ਤੇ ਨਿਕਲ ਜਾ ਮੇਰੀ ਕਲਾਸ ਚੋਂ ਬਾਹਰ ਕੁੜੀ ਜਿਹੜੀ ਉਹ ਕੱਚੀ ਜੀ ਹੋ ਕੇ ਬਾਹਰ ਨਿਕਲ ਜਾਂਦੀ ਆ ਤੇ ਆਲੇ-ਦੁਆਲੇ ਨਿਆਣੇ ਜਿਹੜੇ ਉਹ ਵੇਖਣ ਲੱਗ ਪੈਂਦੇ ਆ ਵੀ ਬੜੀ ਗੱਲ ਪ੍ਰੋਫੈਸਰ ਜਾਰੇ ਨੂੰ ਕੀ ਹੋ ਗਿਆ ਵੇ ਆਉਂਦਿਆਂ ਹੀ ਜਵਾਕਾਂ ਨੂੰ ਬਾਹਰ ਕੱਢਣ ਲੱਪਿਆ ਕੁੜੀ ਨੇ ਕੋਹਾਖਿਆ ਨਹੀਂ ਚੰਗੀ ਭਲੀ ਕੁੜੀ ਆ ਸਾਰੇ ਨਿਆਣੇ ਵੇਂਦੇ ਆ ਐਦੋਂ ਬਾਅਦ ਅਸਲ ਗੱਲ ਸ਼ੁਰੂ ਹੋਣੀ ਜਿਹੜੀ ਆਪਣੀ ਜ਼ਿੰਦਗੀ ਤੇ ਵੀ ਮੇਲ ਖਾਂਦੀ ਫਿਰ ਇਹਨਾਂ ਨੂੰ ਪੁੱਛਦਾ ਜਵਾਕਾਂ ਨੂੰ ਕਿ ਤੁਸੀਂ ਪੜ੍ਹਾਈ ਜਿਹੜੀ ਆ ਆਪਣੀ ਇੱਥੇ ਕਾਦੀ ਕਰਦੇ ਆ ਉਹ ਆnde ਜੀ ਲਾ ਦੀ ਕਰਦੇ ਆ ਕਾਨੂੰਨ ਦੀ ਤੇ ਕਹਿੰਦਾ ਘਟੋ ਘਟ ਇੱਕ ਹਜ਼ਾਰ ਲੈਕਚਰ ਮੈਂ ਤੁਹਾਨੂੰ ਪੜਾਤਾ ਵਾ ਫਿਰ ਇਹ ਸਾਰਿਆਂ ਨੂੰ ਠਾ ਕੇ ਪੁੱਛਦਾ ਵੀ ਕਾਨੂੰਨ ਦਾ ਕੀ ਮਤਲਬ ਕੋਈ ਕਹਿੰਦਾ ਜੀ ਸੋਸ਼ਲ ਵਰਕ ਕੋਈ ਕਹਿੰਦਾ ਗਵਰਨਮੈਂਟ ਕੋਈ ਕਹਿੰਦਾ ਸੋਸ਼ਲ ਜਸਟਿਸ ਕੋਈ ਇਨਸਾਫ ਇਹ ਵਾਰੀ ਵਾਰੀ ਉੱਠ ਕੇ ਜਵਾਕ ਜਿਹੜੇ ਆ ਉਹ ਕਹਿੰਦੇ ਆ ਸਾਰਾ ਕੁਝ ਇਹਨੂੰ ਤੇ ਇਹ ਉਹਨਾਂ ਨੂੰ ਇਹਦਾ ਧੰਨਵਾਦ ਠੀਕ ਆ ਫਿਰ ਇਹ ਉਹਨਾਂ ਨੂੰ ਆਂਦਾ ਅਸਲ ਗੱਲ ਤੇ ਫੇਰ ਆਉਂਦਾ ਆਂਦਾ ਗੱਲ ਸੁਣੋ ਯਾਰ ਲੈਕਚਰ ਤੁਹਾਨੂੰ ਸੁਣਾਤਾ ਤੁਹਾਡੇ ਚੋਂ ਇੱਕ ਵੀ ਉੱਠ ਕੇ ਬੋਲਿਆ ਵੀ ਤੂੰ ਕੁੜੀ ਨੂੰ ਕਿਉਂ ਬਾਹਰ ਕੱਢਿਆ ਮੇਰੇ ਖਿਲਾਫ ਪ੍ਰੋਟੈਸਟ ਕਿਉਂ ਨਹੀਂ ਕੀਤਾ ਵੀ ਤੁਸੀਂ ਸਿਰਫ ਪੜਨ ਤਾਂ ਕਿਸੀਮਤ ਜੇ ਉਹ ਆਂਦਾ ਮੈਂ ਤੁਹਾਨੂੰ ਇੰਨਾ ਪੜ੍ਹਾ ਚੁੱਕਾ ਮੈਂ ਉਹਦਾ ਕੋਈ ਫਾਇਦਾ ਨਹੀਂ ਆਂਦਾ ਕਿ ਤੁਸੀਂ ਮੈਨੂੰ ਇੱਕ ਨੇ ਵੀ ਉੱਠ ਕੇ ਆਖਿਆ ਸਵਾਲ ਕੀਤਾ ਵੀ ਉਹ ਕੁੜੀ ਨੂੰ ਕਿਉਂ ਕਲਾਸ ਚੋਂ ਬਾਹਰ ਕੱਢਿਆ ਵਾ ਗੱਲ ਇਹ ਉਹੀ ਆ ਕਿ ਗਵਾਂਡੀ ਦਾ ਪੁੱਤ ਟੀਗਾ ਨਸ਼ੇ ਦਾ ਲਾਉਂਦਾ ਤੇ ਸਾਨੂੰ ਕੀ ਅਸੀਂ 5-7 ਇਕੱਠੇ ਹੋ ਕੇ ਸਰਪੰਚ ਕੋ ਜਾਈਏ ਵੀ ਆਓ ਇਹਦੀ ਬੰਨ ਸੁਭ ਕਰੀਏ ਉਧਰ ਨਹੀਂ ਹੋਣਾ ਸਗੋ ਖੁਸ਼ੀ ਕਰਨੀ ਲੈ ਲੱਗ ਪਈ ਲਾਉਣ ਹੁਣ ਘਰ ਵਿਖੂਗਾ ਈ ਇਹ ਪ੍ਰੋਫੈਸਰ ਦਾ ਇਹਨਾਂ ਜਵਾਨਾਂ ਨੂੰ ਕਹਿਣਾ ਏ ਤੁਹਾਡੀ ਪੜ੍ਹਾਈ ਕੀਤੀ ਦਾ ਤਾਂ ਹੀ ਫਾਇਦਾ ਜੇ ਤੁਸੀਂ ਉਹਨੂੰ ਅਮਲ ਚ ਲਿਆਉਣਾ ਜੇ ਤੁਸੀਂ ਉਹਨੂੰ ਬਿਜ਼ਨਸ ਬਣਾਉਣਾ ਫੇਰ ਕੋਈ ਫਾਇਦਾ ਨਹੀਂ ਜਿੱਥੇ ਗਲਤ ਹੁੰਦਾ ਤੁਸੀਂ ਸਾਰੇ ਉੱਠ ਕੇ ਖੜ੍ਹ ਜਾਓ ਫੇਰ ਕਾਨੂੰਨ ਦੀ ਪੜ੍ਹਾਈ ਕੀਤੀ ਦਾ ਫਾਇਦਾ ਫੇਰ ਹੀ ਕਾਨੂੰਨ ਸ਼ਬਦ ਦਾ ਫਾਇਦਾ ਤੇ ਜੇ ਤੁਸੀਂ ਜੋ ਕੁਝ ਗਲਤ ਹੋ ਰਿਹਾ ਉਹਨੂੰ ਵੇਖ ਕੇ ਤੇ ਅੱਖਾਂ ਮੀਟ ਲੈਣੀਆਂ ਵੀ ਚੱਲ ਉਹਦੇ ਨਾ ਹੋਇਆ ਸਾਡੇ ਨਾਲ ਕਿਹੜਾ ਹੋਇਆ ਤੇ ਫੇਰ ਕੋਈ ਫਾਇਦਾ ਨਹੀਂਗਾ ਆ ਇਹ ਵੀਡੀਓ ਦੇ ਵਿੱਚ ਇਹਨੇ ਸਿੱਖਿਆ ਦਿੱਤੀ ਮੈਨੂੰ ਤੇ ਏਡੀ ਬਾ ਕਮਾਲੇ ਸਿੱਖਿਆ ਲੱਗੀ ਆ ਨਾ ਕਿ ਜੇ ਸਾਰੇ ਅਸੀਂ ਵੀ ਇਹ ਸਿੱਖਿਆ ਧਾਰਨ ਕਰ ਲਈਏ ਤੇ ਫੇਰ ਜਾ ਕੇ ਆ ਨਸ਼ੇ ਨੁਸ਼ੇ ਦਾ ਕਿਹੜਾ ਲੈਣਾ ਗਲੋਂ ਜੇ ਆਪਾਂ ਕੱਲਾ ਸਰਕਾਰਾਂ ਤੇ ਸੁਟ ਗਏ ਇਸ ਤਾਚਾਰਾ ਇਦਾਂ ਵਾ ਜਦੋਂ ਅਸੀਂ ਵੇਖ ਕੇ ਅੱਖਾਂ ਮੀਟ ਲੈਨੇ ਵੀ ਸਾਡੇ ਨਾਲ ਕਿਹੜਾ ਹੋਣਾ ਤੇ ਗੁਰੂ ਨਾਨਕ ਸਾਹਿਬ ਦੀ ਗੁਰਬਾਣੀ ਵੀ ਕਹਿੰਦੀ ਆ ਵੀ ਜਿਹੜੀ ਜਿੱਥੇ ਤੱਕਾਂ ਹੁੰਦਾ ਉਥੇ ਆਵਾਜ਼ ਠਾਓ ਅੱਖਾਂ ਨਾਲ ਮੀਚੋ ਆ ਵੇਖ ਲਓ ਕਿੰਡੀ ਸੋਹਣੀ ਇੱਕ ਜੈਂਪਲ ਇਹਨੇ ਗੋਰੇ ਨੇ ਸੈੱਟ ਕੀਤੀ ਆ ਚੰਗੀ ਲੱਗੀ ਵੀਡੀਓ ਸ਼ੇਅਰ ਕਰ ਦਿਓ ਤੇ ਬਾਕੀ ਜੇ ਕਿਸੇ ਵੀਰ ਭੈਣ ਭਰਾ ਨੂੰ ਕੋਈ ਬੁਰਾ ਸ਼ਬਦ ਵਿੱਚ ਲੱਗਿਆ ਹੋਵੇ ਤੇ ਉਹ ਆਪਾਂ ਝੋਲੀ ਅੱਡ ਕੇ ਮਾਫੀ ਮੰਗ ਲੈਨੇ ਆ ਪਹਿਲੀ ਵੀਡੀਓ ਚ ਵੀ ਕਿਸੇ ਦੇਰ ਨੂੰ ਠੇਸ ਪਹੁੰਚੀ ਉਹ ਵੀ ਮਾਫ ਕਰਿਓ ਚੰਗੀ ਲੱਗੀ ਤੇ ਸ਼ੇਅਰ ਜ਼ਰੂਰ ਕਰਿਓ ਸਮਝਾਉਣ ਦਾ ਤਰੀਕਾ ਬਹੁਤ ਘੈਂਟ ਹੀ ਬੰਦੇ ਦਾ ਤੇ ਮੰਨਣਾ ਪਊ ਕਿ ਵਾਕਿਆ ਹੀ ਗੋਰੀਆਂ ਦਾ ਦਿਮਾਗ ਜਿਹੜਾ ਵਾ ਉਹ 100 ਸਾਲ ਗਾਂਵਾਂ ਸਸਰੀ ਕਾਲ ਵੀਰੋ ਰੱਬ ਰਾਖਾ